ਜਣੇ ਤਾਂ ਪਰ ਅਸੀਂ ਹਟਾ ਤੇ ਜਦੋਂ ਥਾਣੇ ਰਬੜ ਦਿੱਤੀ ਉਹਦੇ 'ਚ ਬੁੜਾ ਬੁੜੀ ਮਰ ਜਾਂਦਾ ਸੀ ਫਸ ਜਾਂਦੇ ਉਹ ਤਾਂ ਖਹਿੜਾ ਛੱਡ ਕੇ ਪੁੱਤ ਹੋਰ ਭਾਲ ਲਏ ਇਹੋ ਜਿਹੇ ਬੰਦਿਆਂ ਨੂੰ ਤਾਂ ਮਿਲ ਹੀ ਜਾਂਦੇ ਆਉਂਦਾ ਸਾਨੂੰ ਨੂੰਹ ਨੇ ਲੱਤ ਫੜ ਕੇ ਖਿੱਚਿਆ ਐਡਾ ਫਿਰ ਮੂੰਹ ਦਾ ਮਾਰਿਆ ਥੱਲੇ ਕੀ ਹੋਇਆ ਕਿਸੇ ਨੂੰ ਆਪਦੇ ਪੁੱਤ ਮੈਂ ਕੋਠੀ ਪਾਉਣੀ ਆ ਮੈਨੂੰ ਘਰ ਛੱਡ ਤੇ ਜਿਹੜੀ 6 ਕਿੱਲੇ ਉਹਦੇ ਨਾਲ ਜ਼ਮੀਨ ਲਵਾ ਛੱਡੀ ਅਸੀਂ ਅਤੇ 6 ਕਿੱਲੇ ਤੇਰੇ ਇੰਕ ਨਾਲ ਆਹਦਾ ਉਹ ਲਵਾ ਨਹੀਂ ਘਰੋਂ ਕੱਢੂੰਗਾ ਹੁਣ ਪੁੱਤ ਐਂ ਕਿਉਂ ਲਵਾਈ ਦੀ ਹੈ ਫਿਰ ਸਾਡਾ ਕੀ ਪਤਾ ਅਸੀਂ ਕਦੋਂ ਮਰਾਂਗੇ ਫਿਰ ਅਸੀਂ ਖਾਵਾਂਗੇ ਕੀ ਕਿੰਨੀ ਪੈਲੀ ਕਿੰਨੀ ਸੀ ਟੋਟਲ ਤੁਹਾਡੇ ਕੋਲ ਸਾਰੀ ਪੈਲੀ ਕਿੰਨੀ ਸੀ ਮਤਲਬ ਸਾਰੀ ਤੇਰੇ ਅੰਕਲ ਨੂੰ ਪਤਾ ਪੁੱਤ ਮੇਰੇ ਨਾਲ 2 ਕਿੱਲੇ ਪਹਿਲਾਂ ਕਿੰਨੀ ਸੀ ਪਹਿਲਾਂ 2 ਕਿੱਲੇ ਸੀ ਪੁੱਤ 2 ਕਿੱਲੇ ਚੋਂ ਕਮਾਈ ਕਰ ਮਗਰ ਅਸੀਂ ਰੋਟੀ ਲਈ ਜਾਂਦੀਆਂ ਹਲ ਵਾਹੀ ਜਾਂਦੇ ਉਦੋਂ ਟਰੈਕਟ ਨਹੀਂ ਸੀ ਠੇਕਿਆਂ 'ਤੇ ਲੈ ਲਿਆ ਪੁੱਤ ਅਸੀਂ ਉਦੋਂ 16 ਕਿੱਲੇ 2 ਕਿੱਲੇ ਤਾਂ ਪਰਾਰ ਖਾ ਗਿਆ ਵਿੱਚੋਂ 14 ਰਹਿ ਗਈ 2 ਕਿੱਲਿਆਂ ਤੋਂ 16 ਕਿੱਲੇ ਬਣਾਏ 16 ਕਿੱਲੇ ਬਣਾਈ ਅਸੀਂ ਪੁੱਤ ਅਤੇ 3 ਨਹੁਰੇ ਲੈ ਕੇ ਦਿੱਤੇ ਚੰਦਰੇ ਨੂੰ ਹੁਣ ਆਹ ਜਿਹੜੀ ਰਹਿੰਦੀ ਹੈ ਉਹ ਮੇਰੇ ਨਾ ਕਰਾ ਤੂੰ ਜ਼ਮੀਨ ਨੂੰਹ ਵੀ ਆਹਦੀ ਵੀ ਜੇ ਬੁੜਾ ਮਰ ਜਾਏ ਤਾਂ ਇਹਨੇ ਰਸੀਦ ਕਰਾਤੀ ਸੀ ਵੀ ਕੁੜੀਆਂ ਦਾ ਰੌਲਾ ਪੈਂਦਾ ਰਸੀਦ ਉਹ ਇਹਨੂੰ ਆਇਆ ਵੀ ਬੁੜੀ ਨੂੰ ਉਹਨੂੰ ਬਹੂ ਨੂੰ ਵੀ ਕੇਰਾਂ ਇਹਨੂੰ ਮਰਵਾ ਦਿਆ ਤੂੰ ਸਾਰੀ ਮੇਰੇ ਕੋਲ ਆ ਜੇ ਛੇਤੀ ਆਹ ਪੁੱਤ ਚੱਕਰ ਹੈ ਔਰ ਅਤੇ ਅਸੀਂ ਘਰੋਂ ਤੁਸੀਂ ਨਹੁਰੇ 'ਚ ਵਗ ਜਾਓ ਅਤੇ ਇੱਥੇ ਅਸੀਂ ਕੋਠੀ ਪਾਵਾਂਗੇ ਹੁਣ ਪੁੱਤ 7 ਕੋਠੀਆਂ ਕਿਉਂ ਬਾਹਰ ਪੈਂਦੀਆਂ ਅਸੀਂ ਉਸੇ ਘਰ 'ਚ ਰਵਾਂਗੇ ਇਹਨੂੰ ਘਰੋਂ ਕੱਢਣਾ ਚਾਹੀਦਾ ਹੁਣ ਫਿਰ ਸਾਨੂੰ ਮਾਰੂਗਾ ਨਹੀਂ ਫਿਰ ਪਹਿਲਾਂ ਨਹੀਂ ਕੋਈ ਹੋਇਆ ਮਾਤਾ ਪਹਿਲਾਂ ਵੀ ਤੁਹਾਨੂੰ ਕੋਈ 10 ਮਹੀਨੇ ਪਹਿਲਾਂ ਇੱਦੂ ਪਹਿਲਾਂ ਪੁੱਤ ਆਹੀ ਕੁਛ ਕਰਕੇ ਉਦੋਂ ਪੈਰੀ ਹੱਥ ਲਾ ਕੇ ਪੰਚਾਇਤ ਕਰਕੇ ਲੈ ਗਿਆ ਸਾਨੂੰ ਘਰੇ 4 ਦਿਨ ਅਸੀਂ ਇੱਥੇ ਬੈਠੇ ਰਹੇ ਹੁਣ ਫਿਰ ਉਹੀ ਕਿੱਤੇ 'ਤੇ ਹੋ ਗਿਆ 2-2 ਬੋਤਲਾਂ ਪੀ ਲੈਂਦਾ ਨਾ ਧੀ ਦਾ ਪਤਾ ਵੀ ਮੇਰੀ ਧੀ ਹੈ ਧੀ 10ਵੀਂ 'ਚ ਪੜ੍ਹਦੀ ਹੈ ਉਹਨੂੰ ਵੀ ਪੋਤਾ ਦਿੰਦੇ ਬੁਰਾ ਸਮਝਦਾ ਹੈ ਕਿੰਨੇ ਬੱਚੇ ਹੁੰਦੇ 2 ਬੱਚੇ ਇੱਕ ਤਾਂ 4 ਸਾਲ ਦੀ ਗੁੜੀਆ ਇੱਕ 15 ਸਾਲ ਦੀ ਹੈ ਜਿਹੜੀ 15 ਸਾਲ ਦੀ ਨੂੰ ਵੀ ਨਹੀਂ ਵੇਖ ਸਕਦਾ ਸਾਡੇ ਕੋਲ ਰਹਿੰਦੀ ਹੈ ਵੀ ਇਹ ਨਾ ਹੋਣ ਤਾਂ ਮੈਂ ਕੁੜੀ ਨੂੰ ਬਾਹਲਾ ਗੰਦਾ ਹੋਇਆ ਪਿਆ ਪੁੱਤ ਹੁਣ ਬਾਹਲਾ ਗੰਦਾ ਮਤਲਬ ਕੋਈ ਰਿਸ਼ਤੇਦਾਰ ਕੁੜੀਆਂ ਨੇ ਕੋਈ ਆਖਿਆ ਨਹੀਂ ਪਹਿਲਾਂ ਕੋਈ ਗੱਲਬਾਤ ਸੀ ਕੁੜੀ ਪੁੱਤ ਜਿਹੜੀ ਵੱਡੀ ਸੀਗੀ ਇਹ ਤੋਂ ਇੱਕ ਤਾਂ ਇੱਧਰ ਵਿਆਹੀ ਹੈ ਹਿੰਮਤਪੁਰੇ ਕਨੀ ਅਤੇ ਇੱਕ ਥਰਾਜ ਵਾਲੇ ਵਿਆਹੀ ਸੀ ਉਹਦਾ ਮੁੰਡਾ ਲੱਗਿਆ ਸੀਗਾ ਕਨੇਡਾ 'ਚ ਅੰਮ੍ਰਿਤ ਛਕਿਆ ਹੋਇਆ ਸੀ ਅਤੇ ਉਹਦਾ ਨਦੀ 'ਚ ਪੈਰ ਤਿਲਕ ਗਿਆ ਮੁੰਡਾ ਗਗਨ ਖਾਲਸਾ 2 ਸਾਲ ਹੋ ਗਏ ਮਰ ਗਿਆ ਉਹ ਕੁੜੀ ਉਦੋਂ ਦੀ ਉੱਥੇ ਗਈ ਵੀ ਹੈ ਅਸੀਂ ਪਾਲ 'ਤੇ ਉਹ 2 ਮਹੀਨੇ ਤੋਂ ਉੱਥੇ ਆਇਆ ਵਿਚਾਰਾ ਹੁਣ ਉਹ ਉੱਥੇ ਬੈਠੀ ਹੈ ਇਹਨੇ ਸਾਨੂੰ ਜਿਉਂਦੇ ਨੂੰ ਮਾਰਤਾ ਹੁਣ ਕੀ ਕਰਾਂਗੇ ਸਾਨੂੰ ਤਾਂ ਦੋਹਤੇ ਦਾ ਦੁੱਖ ਹੀ ਨਹੀਂ ਸੂਤ ਆਉਂਦਾ ਸੀ ਕੀ ਤੁਸੀਂ ਕੋਈ ਮੰਗ ਕਰਦੇ ਹੋ ਵੀ ਕੋਈ ਉਹਨੂੰ ਕੋਈ ਸਮਝਾਵੇ ਜਾਂ ਉਹਦੀ ਕੋਈ ਕਾਰਵਾਈ ਹੋਵੇ ਕੀ ਚਾਹੁੰਦੇ ਕਿਸੇ ਪੁੱਤ ਉਹ ਤਾਂ ਚੂੜਿਆਂ ਨਾਲ ਰਹਿੰਦੇ ਚੂੜਿਆਂ ਦੀ ਸੁਣੂਗਾ ਸਾਡੀ ਸੁਣਦਾ ਹੀ ਨਹੀਂ ਉਹ ਪੁੱਤ ਕਿਸੇ ਦੀ ਨਹੀਂ ਸੁਣਦਾ ਜ਼ਿਮੀਂਦਾਰ ਦੀ ਗੱਲ ਨਹੀਂ ਸੁਣਦਾ ਬਸ ਦਾਰੂ ਹੋਵੇ ਨਾਲ ਪੀਣ ਵਾਲੇ ਹੋਣ ਉਹਨੂੰ ਪਰ ਲੰਮੀ ਦੇ ਸੀਗੇ ਜੋ 10 ਮਹੀਨੇ ਹੋ ਗਏ ਉਹ ਟਕਾ ਕੇ ਤੋਰ ਦਿੰਦੇ ਉਹਨਾਂ ਨੂੰ ਪਿਆਈ ਜਾਂਦਾ ਉਹ ਫਿਰ ਅਸੀਂ ਪਰ ਠਾਣੇ ਰਾਊਟ ਉਹਨਾਂ ਦੀ ਨਾਲ ਦਿੱਤੀ ਤਾਂ ਜਾ ਕੇ ਉਹ ਮਗਰੋਂ ਲਹੇ ਆ ਇਹ ਤਾਂ ਕਿੱਠੀ ਠੇਕੇ 'ਤੇ ਜ਼ਮੀਨ ਦਿੱਤੀ ਹੈ ਵੀ ਨਾ ਜਾਵੇ ਖੇਤ ਇਹ ਨੈਬ ਸਿੰਘ ਕੀ ਹੋਇਆ ਕੀ ਜੀ ਘਟਨਾ ਕੀ ਵਾਪਰੀ ਨੈਬ ਸਿੰਘ ਪਿੰਡ ਖਿਆਲ ਹੀ ਆ ਜੀ ਘਟਨਾ ਦਾਰੂ ਪੀਂਦਾ ਮੁੰਡਾ ਨਿੱਤ ਡੱਕ ਮਿਲਦੇ ਨਹੀਂ ਲੱਗ ਜਾਂਦਾ ਅਤੇ ਰਾਤ ਨੂੰ ਸਾਨੂੰ ਦੋਵਾਂ ਜੀਆਂ ਨੂੰ ਉਹਨੇ ਡਾਂਗਾਂ ਨਾਲ ਕੁੱਟਿਆ ਸੱਟਾਂ ਮਾਰ ਕੇ ਫਿਰ ਅਸੀਂ ਇੱਥੇ ਹਸਪਤਾਲ ਆ ਗਏ ਕਿੰਨੇ ਮੁੰਡੇ ਕਿੰਨੇ ਤੁਹਾਡੇ ਇੱਕੋ ਹੀ ਮੁੰਡਾ 2 ਗੁੱਡੀਆਂ ਵਹੀਆਂ ਮੁੰਡਾ ਹੀ ਵਿਆਹ ਨਾਲੇ 9 ਵੀ ਨਾਲ ਲੱਗੀ 9 ਨੇ ਅਤੇ ਮੁੰਡੇ ਨੇ ਦੋਵਾਂ ਨੇ ਕੁੱਟਿਆ ਜੀ ਕੀ ਕਾਰਨ ਕੀ ਹੈ ਕਿਉਂ ਕੁੱਟਦਾ ਕੋਈ ਜ਼ਮੀਨ ਦਾ ਰੋਲਾ ਕੋਈ ਹੋਰ ਜ਼ਮੀਨਾਂ ਦਾ ਸਾਰੀ ਜ਼ਮੀਨ ਸਮਾਂ 6 ਕਿੱਲੇ ਜ਼ਮੀਨ ਉਹਦੇ ਨਾਲ ਲਵਾ ਤੀ ਅਤੇ 8 ਕਿੱਲੇ ਜ਼ਮੀਨ ਹੋਰ ਮੇਰੇ ਨਾਂ ਹੈਗੀ ਆ ਇਹ ਵੀ ਮੇਰੇ ਨਾਲ ਲਵਾ ਅਤੇ ਲਾਉਣ ਚੱਕਣਾ ਮੈਂ ਸਾਰੀ 'ਤੇ ਆਪਦੇ ਵਿੱਚ ਲਾਉਣ ਚੱਕੀ ਬੈਠਾ ਦਾਰੂ ਪੀ ਜਾਂਦਾ ਉਹ ਵੀ ਆਉਂਦਾ ਲਵਾ ਮੇਰੇ ਨਾਲ ਅਤੇ ਮੈਂ ਲਾਉਣ ਚੱਕਣਾ ਹੈ ਤੂੰ ਕੀ ਕਰਨੀ ਪਹਿਲੀ ਕਦੋਂ ਪਹਿਲੀ ਹੁੰਦੇ ਰੋਟੀ ਨਹੀਂ ਦਿੰਦਾ ਫਿਰ ਮਗਰੋਂ ਮੈਨੂੰ ਕੀ ਤੁਹਾਡੀ ਕਿੰਨੀ ਉਮਰ ਹੈ 73 ਸਾਲ 73
ਇੱਥੋਂ 10 ਮਹੀਨੇ ਪਹਿਲਾਂ ਵੀ ਕੁੱਟਿਆ ਸੀਗਾ ਕਿ ਉਹ ਨੇਤੀ ਗਾਲੋ ਗਾਲਾਂ ਨੂੰ ਤਾਂ ਨੇਤੀ ਦਿੰਦਾ ਡੱਕ ਕੇ ਅਤੇ ਟਰੈਟ ਚੜ ਟਰੈਟ ਸਟਾਰਟ ਕਰਕੇ ਉੱਤੇ ਸਾਡੇ ਬਾਹਰ ਨੂੰ ਮਾਰਦਾ ਕਿਤੇ ਕਿਵੇਂ ਕਰਦਾ ਸਾਡਾ ਜੀਣਾ ਹਰਾਮ ਕਰ ਛੱਡੇ ਅਸੀਂ ਨਹੀਂ ਅੱਡ ਆਪਦੇ ਕਮਰੇ 'ਚ ਇੱਕ ਕਮਰੇ 'ਚ ਅੱਡ ਹੋ ਗਏ ਅਸੀਂ ਆਪਦੀਆਂ ਰੋਟੀਆਂ ਅਸੀਂ ਆਪ ਹੀ ਦੋਹੇ ਜੀ ਪਕਾਉਂਦੇ ਹਾਂ ਖਾ ਲੈਂਦੇ ਉਹਨਾਂ ਕਿੰਨੇ ਨਾ ਜਾਂਦੇ ਦੁੱਧ ਵੀ ਨਹੀਂ ਸਾਨੂੰ ਦਿੰਦੇ ਮਹੀਆਂ ਵੀ ਮੇਰੀਆਂ ਦੁੱਧ ਮੈਂ ਮੁੱਲ ਲਿਆਉਣਾ ਅਤੇ ਫਿਰ ਵੀ ਨਹੀਂ ਸਾਨੂੰ ਟਿਕਟ ਦਿੰਦਾ ਨਹੀਂ ਐਤਕੀ ਠੇਕੇ ਦਿੱਤੇ ਪਹਿਲਾਂ ਵਾਹੀ ਕਰਦੇ ਸਾਂ ਹਾਂਜੀ ਉਦੋਂ ਇੱਥੇ ਹਸਪਤਾਲ 'ਚ ਪਰਚਾ ਕਟਾਇਆ ਸੀ ਉਦੋਂ ਵੀ ਉਦੋਂ ਜੈਵ ਲੰਬਰਦਾਰ ਸਾਡੇ ਪਿੰਡ ਦਾ ਅਤੇ ਸਰਪੰਚ ਆ ਸਵਰਨਾ ਅਤੇ ਅਮਰਦੇਵ ਆ ਉਹ ਕਮੇਟੀ ਪ੍ਰਧਾਨ ਗੁਰਦੁਆਰੇ ਦਾ ਉਹਨਾਂ ਨੇ ਤਿੰਨਾਂ ਨੇ ਵਿੱਚ ਪਾਏ ਕੇ ਜਰਾਈ ਬੰਦਾ ਕਰਾਤਾ ਉਹਨਾਂ ਨੂੰ ਮਿਹਨਤ ਕੱਢ ਲਈ ਨੇ ਵੀ ਮੈਂ ਗਾਂਹ ਵਾਸਤੇ ਨਹੀਂ ਇਹੋ ਜਿਹੀ ਘਟਨਾ ਕਰਦਾ ਨਹੀਂ ਕੁੱਟਦਾ ਪੈਰੀਆਂ ਥਲਾ 'ਤੇ ਉਹੀ ਉਦੋਂ ਮੁੜ ਕੇ ਉਹੀ ਹਾਲ ਫੇਰ ਆ ਜੀ ਕਿੰਨੀ ਜ਼ਮੀਨ ਕਿੰਨੀ ਹੈ ਤੁਹਾਡੀ 14 ਕਿੱਲੇ ਜ਼ਮੀਨ ਹੈ ਸਾਰੀ ਜੀ 6 ਕਿੱਲੇ ਉਹਦੇ ਨਾਲ 8 ਕਿੱਲੇ ਸਾਡੇ 2 ਕਿੱਲੇ ਮੇਰੇ ਕਰਾਉਣੀ ਨਾ 6 ਕਿੱਲੇ ਮੇਰੇ ਨਾਲ ਹਾਂਜੀ ਜ਼ਮੀਨ ਵਿੱਚ ਕਹਿੰਦਾ ਜੀ ਸਾਰੀ ਨਾਲ ਹਾਂ ਸਾਰੀ ਮੇਰੇ ਨਾਲ ਲਓ ਹੁਣ ਕਿੱਥੇ ਕਿੱਥੇ ਸੱਟ ਹੈ ਤੁਹਾਡੇ ਜੀ ਹੁਣ ਇੱਕ ਤਾਂ ਬਾਂਹ 'ਤੇ ਹੈ ਇੱਥੇ ਕੋਈ ਗੜਾਸਾ ਗੜੂਸਾ ਇੱਕ ਉਸੀ ਗੜਾਸੀ ਜੀ ਉਹ ਮਾਰੀ ਅਤੇ ਇੱਥੇ ਇੱਕ ਨੂੰਹ ਨੇ ਉਹ ਮਾਰਿਆ ਡਾਂਗ ਮਾਰੀ ਇੱਕ ਇੱਥੇ ਮਾਰੀ ਡਾਂਗ ਨੂੰਹ ਨੇ ਅਤੇ ਇਹਦੇ ਜਥੇਦਾਰ ਨੇ ਤੇ ਮੇਰੇ ਘਰੋਂ ਉਹਦੇ ਵੀ ਡਾਂਗਾਂ ਮਾਰੀਆਂ ਦੋਵਾਂ ਨੇ ਮਾਰੀਆਂ ਨੂੰਹ ਨੇ ਅਤੇ ਪੁੱਤ ਨੇ ਸਿੱਟ ਲਿਆ ਉੱਥੇ ਥੱਲੇ ਅਤੇ ਆ ਸਾਡੇ ਭਰਾ ਦਾ ਛੋਟ ਸੀਗਾ ਬੱਚਾ ਇਹਨਾਂ ਨੇ ਛੜਾਇਆ ਇਹਨੇ ਆ ਕੇ ਕਿੰਨੇ ਸਾਨੂੰ ਮਾਰ ਦਿੰਦਾ